ਸਤਿ ਸ਼੍ਰੀ ਅਕਾਲ ਦੋਸਤੋ, ਫਰਦ ਜਮ੍ਹਾਂਬੰਦੀ ਦੇ ਔਖੇ ਸ਼ਬਦਾਂ ਦਾ ਇਹ ਭਾਗ ਦੂਜਾ। ਪਿਛਲੀ ਵੀਡੀਓ 'ਚ ਆਪਾਂ 25 ਜਿਹੜੇ ਸ਼ਬਦ ਨੇ ਉਹ ਕੀਤੇ ਸੀ, ਔਖੇ ਸ਼ਬਦਾਂ ਦੇ ਅਰਥ। ਅਰਬੀ, ਫਾਰਸੀ ਦੇ ਜਾਂ ਉਰਦੂ ਦੇ ਸ਼ਬਦ ਹੋ ਸਕਦੇ ਨੇ, ਇਹ ਜ਼ਿਆਦਾਤਰ ਅਰਬੀ ਮੰਨਿਆ ਜਾਂਦਾ, ਅਤੇ ਉਹਨਾਂ ਦੇ ਪੰਜਾਬੀ ਦੇ ਵਿੱਚ ਮੀਨਿੰਗ ਨੇ। ਫਰਦ ਪੜ੍ਹਨ ਦੇ ਲਈ ਇਹ ਲੜੀ ਇੱਕ ਸ਼ੁਰੂ ਕੀਤੀ ਹੈ ਤਾਂ ਕਿ ਫਰਦ ਪੜ੍ਹਨੀ ਆਸਾਨ ਹੋ ਜੇ। ਇਹ ਨੰਬਰ 26 ਤੋਂ ਹੁਣ ਆਪਾਂ ਸ਼ੁਰੂ ਕਰਾਂਗੇ। ਲੜੀ ਜੋੜਨ ਦੇ ਲਈ ਤੁਸੀਂ ਆਹ ਵਾਲੀ ਵੀਡੀਓ ਦੇਖ ਲੈਣੀ ਹੈ, ਉੱਤੇ ਆਈ ਬਟਨ ਦੇ ਵੇਖਿਓ, ਜੇਕਰ ਲਿੰਕ ਆ ਰਿਹਾ ਤਾਂ ਉੱਥੇ ਕਲਿੱਕ ਕਰ ਸਕਦੇ ਹੋ। ਅਤੇ ਅੱਜ ਆਪਾਂ 26 ਨੰਬਰ ਤੋਂ ਸ਼ੁਰੂ ਕਰਾਂਗੇ, ਅਤੇ ਬਿਨਾਂ ਦੇਰੀ ਆਪਾਂ ਕਰਦੇ ਹਾਂ। 26 ਨੰਬਰ ਹੈਗਾ ਗੈਰ ਮਜਰੂਆ। ਗੈਰ ਮਜਰੂਆ ਸ਼ਬਦ ਦਾ ਮਤਲਬ ਹੈ ਉਹ ਜ਼ਮੀਨ ਜਿੱਥੇ ਖੇਤੀ ਨਹੀਂ ਹੁੰਦੀ, ਬਿਨਾਂ ਖੇਤੀ ਵਾਲੀ ਜ਼ਮੀਨ ਨੂੰ ਗੈਰ ਮਜਰੂਆ ਕਹਿੰਦੇ ਨੇ। ਤਲਬ ਕਰਨਾ, ਤਲਬ ਕਰਨਾ ਹੁੰਦਾ ਹੈ ਕਿ ਬੁਲਾਉਣਾ, ਠੀਕ ਹੈ। ਫੌਤ, ਫੌਤ ਸ਼ਬਦ ਦਾ ਮਤਲਬ ਮਿਲਦਾ ਜੁਲਦਾ ਹੀ ਹੈ, ਜਿੱਦਾਂ ਮੌਤ, ਡੈਥ ਹੋ ਜਾਣੀ। ਇੱਕ ਆਹ ਬੜੇ ਵਧੀਆ ਸ਼ਬਦ ਨੇ, ਫਰੀਕ। ਫਰੀਕ ਸ਼ਬਦ ਦਾ ਮਤਲਬ ਹੈ ਧਿਰ। ਫਰੀਕ ਅਵਲ ਦਾ ਮਤਲਬ ਹੁੰਦਾ ਹੈ ਪਹਿਲੀ ਧਿਰ, ਫਰੀਕ ਦੋਮ ਦਾ ਮਤਲਬ ਹੈ ਦੂਜੀ ਧਿਰ, ਅਤੇ ਫਰੀਕ ਸਾਨੀ ਦਾ ਮਤਲਬ ਹੈ ਵਿਰੋਧੀ ਧਿਰ, ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਕੋਲ ਸ਼ਬਦ ਆਉਂਦਾ ਜੀ ਬੇਸੀ। ਬੇਸੀ ਸ਼ਬਦ ਦਾ ਮਤਲਬ ਹੈ ਵਾਧਾ, ਇਨਕਰੀਜ਼ ਕਰ ਦੇਣਾ ਕੁਛ, ਵਧਾ ਦੇਣਾ। ਇੱਕ ਆਹ ਸ਼ਬਦ ਹੈ, ਵੇਖਣ 'ਚ ਲੱਗਦਾ ਕਿ ਬਦਸੂਰਤ ਲਿਖਿਆ ਹੋਵੇ, ਲੇਕਿਨ ਇਹ ਹੈਗਾ ਬਦਸਤੂਰ। ਬਦਸਤੂਰ ਸ਼ਬਦ ਦਾ ਮਤਲਬ ਹੈ ਪਹਿਲਾਂ ਦੀ ਤਰ੍ਹਾਂ, ਕਿ ਕੋਈ ਕੰਮ ਸੀ ਜਾਂ ਕੋਈ ਤਬਾਦਲਾ ਵਗੈਰਾ ਕੀਤਾ ਜਾਂ ਕੁਝ ਵੀ ਕੀਤਾ, ਉਹ ਪਹਿਲਾਂ ਦੀ ਤਰ੍ਹਾਂ ਹੋ ਗਿਆ। ਅਤੇ ਤਰਮੀਮ ਸ਼ਬਦ ਬਹੁਤ ਵਧੀਆ, ਤਰਮੀਮ ਦਾ ਮਤਲਬ ਹੈ ਸੋਧ ਕਰਨਾ, ਇੰਪਰੂਵਮੈਂਟ ਕਰਨੀ ਕਿਸੇ ਚੀਜ਼ ਦੇ ਵਿੱਚ, ਸੋਧ ਕਰਨਾ। ਫਰਦ ਦੇ ਵਿੱਚ ਸੋਧ ਹੁੰਦੀ ਹੈ। ਇੱਕ ਸ਼ਬਦ ਆਪਾਂ ਕਰਦੇ ਸੀ ਫਰਦ ਬਦਰ ਕਰਿਆ ਸੀ, ਬਦਰ ਮਤਲਬ ਕਿ ਗਲਤੀ ਨੂੰ ਸੁਧਾਰਨਾ, ਹੈ ਨਾ, ਫਰਦ ਬਦਰ ਕਰਨਾ। ਤਰਮੀਮ ਦਾ ਮਤਲਬ ਵੀ ਇਹੀ ਹੈ ਕਿ ਸੋਧ ਕਰਨਾ। ਦਖਲ ਸ਼ਬਦ ਦਾ ਮਤਲਬ ਹੈ ਕਬਜ਼ਾ। ਤੈਦਾਦੀ ਸ਼ਬਦ ਦਾ ਮਤਲਬ ਹੈ ਗਿਣਤੀ ਕਰਨਾ। ਉਸ ਤੋਂ ਬਾਅਦ ਇੱਕ ਸ਼ਬਦ ਆਪਣੇ ਕੋਲ 38 ਨੰਬਰ ਸ਼ਬਦ ਹੈ ਤਲਫ ਕਰਨਾ। ਤਲਫ ਕਰਨ ਦਾ ਮਤਲਬ ਹੈ ਨਸ਼ਟ ਕਰਨਾ, ਠੀਕ ਹੈ ਜੀ। ਫਿਰ ਅੱਗੇ ਹੈਗਾ ਜੀ ਨੰਬਰ ਸ਼ੁਮਾਰ। ਨੰਬਰ ਸ਼ੁਮਾਰ ਦਾ ਮਤਲਬ ਹੈ ਸੀਰੀਅਲ ਨੰਬਰ, ਯਾਨੀ ਕਿ ਲੜੀ ਨੰਬਰ। ਉਸ ਤੋਂ ਬਾਅਦ ਆਪਣੇ ਕੋਲ ਅੱਗੇ ਸ਼ਬਦ ਆਉਂਦੇ ਨੇ ਜੀ ਤਸੱਵਰ, ਠੀਕ ਹੈ ਜੀ। ਤਸੱਵਰ ਦਾ ਮਤਲਬ ਹੈ ਮੰਨ ਲੈਣਾ। ਆਬ ਪਾਸ, ਆਬ ਮਤਲਬ ਪਾਣੀ, ਜਿੱਦਾਂ ਕਿ ਪੰਜਾਬ ਦਾ ਨਾਮ ਬਣਿਆ ਪੰਜ ਆਬ, ਆਬ ਦਾ ਮਤਲਬ ਹੁੰਦਾ ਪਾਣੀ, ਤਾਂ ਆਬ ਪਾਸ ਦਾ ਮਤਲਬ ਹੈ ਜਿਸ ਨੂੰ ਪਾਣੀ ਲੱਗਦਾ ਹੋਵੇ, ਪਾਣੀ ਦੇ ਨੇੜੇ ਵਾਲੀ ਜ਼ਮੀਨ। ਇੱਕ ਸ਼ਬਦ ਆਪਣੇ ਕੋਲ ਮਜ਼ਕੂਰ। ਮਜ਼ਕੂਰ ਸ਼ਬਦ ਦਾ ਮਤਲਬ ਹੈ ਉਪਰੋਕਤ, ਉੱਤੇ ਲਿਖੇ ਸਾਰੇ। ਅਤੇ ਅੱਗੇ ਸ਼ਬਦ ਆਪਣੇ ਕੋਲ ਹੈਗਾ ਜੀ ਮਜੀਦ। ਮਜੀਦ ਸ਼ਬਦ ਦਾ ਮਤਲਬ ਵੀ ਹੈ ਵਾਧੂ, ਠੀਕ ਹੈ ਜੀ। ਇੱਕ ਆਪਾਂ ਇੱਥੇ ਕੀਤਾ ਸੀ, ਵਾਧੂ ਵਰਗਾ ਸ਼ਬਦ ਸੀ ਆਪਣਾ ਬੇਸੀ। ਬੇਸੀ ਮਤਲਬ ਵਾਧਾ, ਇੱਥੇ ਥੋੜ੍ਹਾ ਜਿਹਾ ਫਰਕ ਹੈ, ਮਜੀਦ ਮਤਲਬ ਵਾਧੂ, ਠੀਕ ਹੈ ਜੀ। ਸ਼ਾਇਦ ਇਹਦਾ ਮਤਲਬ ਫਾਲਤੂ ਹੋਵੇ, ਠੀਕ। ਮੁਸ਼ਤਰੀ, ਮੁਸ਼ਤਰੀ ਦਾ ਮਤਲਬ ਹੈ ਖਰੀਦਦਾਰ, ਯਾਨੀ ਕਿ ਬਾਇਰ ਅਤੇ ਸੈਲਰ ਆਪਾਂ ਪੜ੍ਹਦੇ ਹਾਂ ਜ਼ਿਆਦਾਤਰ, ਵਿਕਰੇਤਾ ਜਾਂ ਖਰੀਦਦਾਰ। ਸੋ ਜਿਹੜਾ ਮੁਸ਼ਤਰੀ ਹੈ ਉਹ ਖਰੀਦਦਾਰ। ਆੜ ਰਹਿਣ, ਆਹ ਸ਼ਬਦ 'ਤੇ ਬਹੁਤ ਜ਼ਿਆਦਾ ਤੁਸੀਂ ਨਾ ਜਿਹੜੀ ਆਪਣੀ ਟਿੱਪਣੀ ਹੁੰਦੀ ਹੈ ਨਾ ਲਾਸਟ ਦੇ ਵਿੱਚ ਫਰਦ ਦੇ ਵਿੱਚ ਵਿਸ਼ੇਸ਼ ਕਥਨ, ਉੱਥੇ ਲਿਖਿਆ ਹੁੰਦਾ ਕਿ ਇੰਨੇ ਨੰਬਰ, ਇੰਨੀ ਤਰੀਕ, ਇਹ ਬੈਂਕ ਇੰਨੇ ਰੁਪਈਆਂ ਦੇ ਵਿੱਚ ਆੜ ਰਹਿਣ ਹੈ, ਜਾਂ ਕਿਸੇ ਕੋਲ ਆੜ ਰਹਿਣ ਹੈ, ਮਤਲਬ ਕਿ ਜ਼ਮੀਨ ਦਾ ਗਹਿਣੇ ਹੋਣਾ। ਗਹਿਣੇ ਹੋਣ ਨੂੰ ਕਹਿੰਦੇ ਨੇ ਆੜ ਰਹਿਣ। ਫੱਕ ਆੜ ਰਹਿਣ ਦਾ ਮਤਲਬ ਹੈ ਜ਼ਮੀਨ ਗਹਿਣੇ ਤੋਂ ਛੁਡਵਾ ਲੈਣਾ, ਫੱਕ ਆੜ ਰਹਿਣ। ਇੱਕ ਸ਼ਬਦ ਬੜਾ ਵਧੀਆ ਮੁਰਤਹੀਨ। ਮੁਰਤਹੀਨ ਮਤਲਬ ਜ਼ਮੀਨ ਗਹਿਣੇ ਲੈਣ ਵਾਲਾ। ਖਰੀਦਦਾਰ ਨੂੰ ਆਪਾਂ ਕਹਿੰਦੇ ਹਾਂ ਮੁਸ਼ਤਰੀ, ਮੁਰਤਹੀਨ ਹੁੰਦਾ ਜ਼ਮੀਨ ਗਹਿਣੇ ਲੈਣ ਵਾਲਾ, ਠੀਕ ਹੈ।
ਮਿਜ਼ਾਨ, ਮਿਜ਼ਾਨ ਸ਼ਬਦ ਬੜਾ ਵਧੀਆ, ਇਹਦਾ ਮਤਲਬ ਹੈ ਜੋੜ। ਠੀਕ ਹੈ ਜੀ। ਇੱਕ ਸ਼ਬਦ ਅੱਗੇ ਆ ਗਿਆ ਮੁਸਾਹਤ, ਮੁਸਾਹਤ ਸ਼ਬਦ ਦਾ ਮਤਲਬ ਹੈ ਗਿਣਤੀ ਦਾ ਢੰਗ। ਉਜਰਤ, ਉਜਰਤ ਦਾ ਮਤਲਬ ਹੈ ਫੀਸ, ਅਤੇ ਫੀਸ 'ਤੇ ਜਦੋਂ ਆਪਾਂ ਕਚਹਿਰੀ ਜਾਈਏ ਤਾਂ ਇਕੱਲਾ ਇਕੱਲਾ ਕਾਊਂਟਰ, ਇਕੱਲੀ ਇਕੱਲੀ ਕੁਰਸੀ ਫੀਸ ਮੰਗਦੀ ਹੈ। ਇਸ ਕਰਕੇ ਤੁਸੀਂ ਇਹਦਾ ਵੀ ਇੱਕ ਸਕਰੀਨਸ਼ੋਟ ਜ਼ਰੂਰ ਲਵੋ ਅਤੇ ਆਪਣੀ ਜਿਹੜੀ ਫੋਨ ਦੀ ਗੈਲਰੀ ਹੈ ਉਹਦੇ ਵਿੱਚ ਸੇਵ ਰੱਖੋ, ਜਦੋਂ ਜੀ ਕਰੇ ਤੁਸੀਂ ਇਸ ਨੂੰ ਪੜ੍ਹ ਸਕਦੇ ਹੋ। ਇਹ ਆਪਣੇ 50 ਸ਼ਬਦ ਹੋ ਗਏ ਨੇ, 200 ਤੋਂ 250 ਸ਼ਬਦ ਆਪਾਂ ਕਰਨੇ ਆ ਜਿਹੜੇ ਜ਼ਿਆਦਾਤਰ ਤੁਹਾਨੂੰ ਫਰਦਾਂ ਦੇ ਵਿੱਚ ਵੇਖਣ ਨੂੰ ਮਿਲਦੇ ਨੇ। ਉਸ ਤੋਂ ਬਾਅਦ ਫਿਰ ਆਪਾਂ ਯਾਨੀ ਕਿ ਦੋ ਵੀਡੀਓਜ਼ ਵੈਸੇ ਪਾਈਆਂ ਹੋਈਆਂ ਨੇ, ਆ ਦੇਖੋ ਫਰਦ ਨੂੰ ਪੜ੍ਹਨ ਦਾ ਬਿਲਕੁਲ ਸੌਖਾ ਤਰੀਕਾ ਅਤੇ ਬਿਲਕੁਲ ਪਟਵਾਰੀਆਂ ਜਿੰਨਾ ਆਨਸਰ ਆਏਗਾ ਅਗਰ ਤੁਸੀਂ ਆ ਦੋਨੇ ਵੀਡੀਓ ਦੇਖ ਲਓਗੇ, ਫਰਦ ਨੂੰ ਕਿੱਦਾਂ ਪੜ੍ਹੀਦਾ ਯਾਨੀ ਕਿ ਆਪਣੀ ਜ਼ਮੀਨ ਦਾ ਹਿੱਸਾ ਕਿਵੇਂ ਕੱਢੀਦਾ। ਅਤੇ ਇਸ ਤੋਂ ਬਾਅਦ ਫਿਰ ਆਪਾਂ ਅੱਗੇ ਚੱਲਾਂਗੇ ਖੇਤੀਬਾੜੀ ਦੇ ਨਾਲ ਸੰਬੰਧਿਤ, ਵੀ ਇੱਕ ਕਿੱਲੇ ਨੂੰ ਕਿੱਦਾਂ ਆਪਾਂ ਮਿਣਨੇ ਆ, ਜ਼ਮੀਨ ਦੀ ਮਿਣਤੀ ਦਾ ਢੰਗ ਵੀ ਦੱਸਾਂਗੇ ਅੱਗੇ ਜਾ ਕੇ। ਅਤੇ ਆਪਾਂ ਕੋਰਟ ਕਚਹਿਰੀਆਂ ਦੇ ਵਿੱਚ ਜਿਹੜੇ ਬਾਕੀ ਦੀ ਸ਼ਬਦਾਵਲੀ ਆ, ਬਾਕੀ ਦੇ ਜਿਹੜੇ ਆਪਣੇ ਕਾਨੂੰਨ ਨੇ ਕੀ ਕਹਿੰਦੇ ਨੇ ਉਹਦੇ ਬਾਰੇ ਵੀ ਆਪਾਂ ਵੀਡੀਓ ਬਣਾਵਾਂਗੇ। ਇਹ ਆਪਣੀ ਵੀਡੀਓ ਦੀ ਲੜੀ ਚੱਲ ਰਹੀ ਹੈ ਫਰਦ ਜਮ੍ਹਾਂਬੰਦੀ ਦੇ ਔਖੇ ਸ਼ਬਦ ਭਾਗ ਦੂਜਾ। 25 ਸ਼ਬਦ ਪਿੱਛੇ ਕੀਤੇ ਸੀ, 25 ਹੁਣ ਅੱਗੇ ਨੇ, 50, 200 ਤੋਂ 250 ਆਪਾਂ ਕਰਨੇ। ਉਸ ਤੋਂ ਬਾਅਦ ਜ਼ਮੀਨ ਦੇ ਨਾਲ ਜਾਂ ਫਰਦ ਜਮ੍ਹਾਂਬੰਦੀ ਦੇ ਨਾਲ ਕੋਰਟ ਕਚਹਿਰੀਆਂ ਦੇ ਨਾਲ ਜਿਹੜੇ ਸਾਡੇ ਸ਼ਬਦਾਵਲੀ ਹੈ ਜਾਂ ਨਿੱਕੇ ਮੋਟੇ ਜਿਹੜੇ ਕੰਮ ਨੇ, ਜਿੱਦਾਂ ਕਿ ਵਕਾਲਤਨਾਮਾ ਹੋ ਗਿਆ, ਵਸੀਅਤਨਾਮਾ ਹੋ ਗਿਆ, ਕੁਰਸੀਨਾਮਾ, ਲਾਲ ਲਕੀਰ, ਪਿੰਡ ਦੀ ਜ਼ਮੀਨ, ਘਰ ਦੇ ਕਾਗਜ਼, ਇਹ ਸਾਰਾ ਕੁਝ ਆਪਾਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਕਵਰ ਕਰਾਂਗੇ। ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸਿਓ, ਅਤੇ ਜੇ ਕੋਈ ਸ਼ਬਦ ਇਹਦੇ ਵਿੱਚ ਰਹਿ ਗਿਆ ਜਿਹਦਾ ਮਤਲਬ ਨਹੀਂ ਅਜੇ ਤੱਕ ਲਿਖਿਆ, ਵੈਸੇ ਆਉਣ ਵਾਲੀ ਵੀਡੀਓ 'ਚ ਕਵਰ ਹੋ ਜਾਏਗਾ, ਲੇਕਿਨ ਉਹ ਵੀ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ। ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਅਤੇ ਚੈਨਲ ਸਬਸਕ੍ਰਾਈਬ ਕਰ ਦਿਓ, ਪ੍ਰੋਫੈਸਰ ਸਾਹਿਬ ਵਲੌਗਸ ਚੈਨਲ। ਬਹੁਤ ਬਹੁਤ ਮਿਹਰਬਾਨੀ ਜੀ।